ਸਰਾਉਂਡ ਖੁਰਦ ਬਾਦ ਜੋ ਫਕੀਰ ਮਾਮਾ ਦਾ ਬੇਟਾ ਉਹਦਾ ਸਨਮਾਨ ਉਹਦੇ ਯਾਰ ਦੋਸਤਾਂ ਵੱਲੋਂ ਕੀਤਾ ਜਾ ਰਿਹਾ ਹੈ ਲਾਲ ਹੁਸੈਨ ਗੁਜਰ ਨੂੰ ਬਲਵਾਰ ਕਬਾਦ ਹੈ ਤੇ ਆਓ ਬਾਬਾ ਮੈਸ਼ਰ ਹੋ ਰਹੀ ਹੈ ਆਓ ਬਾਬਾ ਮੈਸ਼ਰ ਜੀ ਦੇ ਬਾਦੂ ਖੜਾਈ ਨੇ ਬਾਦੂ ਵਿਅਕਤੀ ਆ ਬਾਦੂ ਖੜਾਈ ਨੇ ਕੋ ਸੇਵਨ ਸਾਹਿਬ ਤੇ ਹੋ ਜੋ ਮੇਰੇ ਖੜਾਈ ਨੇ ਬਾਦੂ ਉਹਨੂੰ ਬੇਨਤੀ ਹੈ ਵੇਸ਼ੀ ਸਾਡਾ ਰਿੱਤੀ ਆਟੇ ਗਿਆ ਮਲਵਾਨ ਵਾਲਾ ਕਹਿੰਦਾ ਹਰ ਕਰੇੜ 500 ਜੋੜੀਆਂ ਤੋਂ ਨਹੀਂ ਵੀਰੇ ਜਿਹਦੇ ਕਿੰਨੀਆਂ ਰੇੜਾਂ ਹੋਣੀਆਂ ਵੇਸ਼ੀ ਦੀਆਂ ਆਓ ਫਿਰਦਾ ਰਿੱਤੀ ਮਲਵਾਨ ਵਾਲਾ ਭਰਾ ਉਹਦੇ ਕੋਲੋਂ ਹਰ ਇੱਕ ਨੰਬਰ 500 ਦਾ ਆਉਣਾ ਵੇਸ਼ੀ ਉਹਦੇ ਚਰਮਨ ਵਾਲੇ ਭਰਾਵਾਂ ਵੱਲੋਂ ਹਰ ਇੱਕ ਜਫਾ 200 ਰੁਪਏ ਲਾਉਂਦੇਗਾ ਆਓ ਸਮਰੇ ਕੱਲਾ ਵਾਲਾ ਪਾਉ ਔਰ ਦੂਸਰੇ ਵਾਲੇ ਜਿਹੜੇ ਦਾ ਪੁੱਤ ਆਸ਼ੂ ਦੇ ਗਏ ਆਪਣੀ ਟੀਮ ਦੇ ਨੰਬਰ ਦਾ ਸ਼ਾਨਦਾਰ ਦਾ ਕਰਨਾ ਹੋਇਆ ਅਗਲੀ ਰੇਲ ਪਾਉਣ ਦੇ ਲਈ ਆਓ ਸਮਰੇ ਦੇਖਾਂਗੇ ਗਿਆਰਾਂ ਹਜ਼ਾਰ ਸਾਰੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਚੁੱਕੇ ਹੈ ਅੰਕਲ ਲਾਵਾ
ਵੇਖਦਾ ਹੈ ਸਿਹਾਂ ਦਾ ਮਾਂ ਸੋਨੀ ਪਰ ਆ ਪਾਉ ਹੈ ਬਾਬਾ ਬੈਣੀ ਜੱਦੇ ਵਾਲਾ ਫੈਸਲਾ ਕਰਦੇ ਨੇ ਕਿ ਨੰਬਰ ਜਿਹੜਾ ਆਰੇਡਰ ਦੇ ਕਬਜ਼ੇ ਦੇ ਵਿੱਚ ਹੈ ਹਰਖੋ ਵਾਲਿਆ ਫੇਰ ਆ ਗਿਆ ਰਿੱਪੀ ਮੈਦਾਨ ਨਾਲ ਖੇਡਿਆ ਕਿ 500 ਦੇ ਕਬੱਡੀ ਨਾਲ ਸਭਵਾ ਆ ਜਾ ਉੱਠ ਗਿਆ ਸਭਲੇ ਬੜੇ ਕਬੱਡੀ ਵਿਦੇਸ਼ੀ ਹਰਖੋ ਵਾਲਿਆ ਹਰਖੋ ਵਾਲਿਆ ਤੱਕੂ ਦੇ ਬੜੇ ਦੇ ਖੋਦੇ ਖੋਦੇ ਖੋਪਰਾ ਵਾਲੇ ਉਹ ਫਰਾਰ ਦਾ ਇਹ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਵਿਦੇਸ਼ੀ ਹਰਖੋ ਵਾਲਾ ਕਰਦਾ ਮੇਰੇ ਵੀਰ ਆਪਣੀ ਟੀਮ ਲਈ ਹੋ ਰਿਹਾ ਹੈ ਔਰ ਅਗਲੀ ਦੇ ਪਾਉਂਦੇ ਨੇ ਸਾਹਮਣੇ ਜਿਹੜੇ ਲਸਾਰੇ ਦਾ ਪੁੱਤ ਆਸ਼ੂ ਪਾਦ ਗਿਆ ਉਹ ਸਦਵਾ ਉਹ ਆਸ਼ੂ ਕਹਿੰਦੇ ਦੇਖਦੇ ਲਸਾਰੇ ਦਾ ਪੁੱਤ ਮਿਲ ਗਏ ਨੇ ਅੱਗੇ ਵੱਲ ਬਾਅਦ ਦੱਸਿਆ ਉਦੋਂ ਕਬੱਡੀ ਆਪੇ ਦੀ ਲਾਈਵ ਤੇ ਪੂਰੀ ਦੁਨੀਆ ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ ਹੈ ਸੁੱਖ ਭੋਗੇ ਵਾਲਾ ਭਰਾ ਸਾਡਾ ਦੇਖਦੇ ਲਾਈਵ ਦਿਖਾ ਰਿਹਾ ਮੈਂ ਇੱਕ ਵਾਰ ਕਹਿੰਦਾ ਸਭੇ ਵਾਰ ਦਾ ਇਸ਼ਾਰਾ ਕੰਬੜੇ ਦਾ ਰੇਟ ਦੇ ਕਬਜ਼ੇ ਦੇ ਵਿੱਚ ਹੈ ਹੁਣ ਚੱਲਿਆ ਫੇਰ ਜਨਵਰੀ ਦਾ ਮਹੀਨਾ ਸਾਰੀ ਫਰਵਰੀ ਪਈ ਹੈ ਸਾਰਾ ਪਾਰ ਕੱਟਿਆ ਠੀਕ ਹੈ ਉਸ ਤੋਂ ਬਾਅਦ ਠੀਕ ਹੈ ਜਿਹੜਾ ਸੀਜ਼ਨ ਸ਼ੁਰੂ ਹੈ ਫਿਰ ਦਿੱਲੀ ਰੋਡ ਦਾ ਸ਼ੁਰੂ ਹੈ ਫਿਰ ਸ਼ਾਰ ਕਬੱਡੀ ਫਿਰ ਕਨੇਡਾ ਕਬੱਡੀ ਇੰਗਲੈਂਡ ਕਬੱਡੀ ਉਹਦੇ ਵੀ ਸ਼ਾਰ ਕਬੱਡੀ ਆਉਣੀਆਂ ਸਾਰੇ ਨੇ ਖੇਡਣਾ ਹੈ ਉਸ ਆਪਣੇ ਕਬੱਡੀ ਦੇ ਲਈ ਅਗਲੀ ਦਾਪਾ ਨੂੰ ਸਾਰੇ ਦਾ ਪਾਉਣ ਦੀ ਖੇਡ ਆ ਚੱਲੀ ਹੈ ਅਰਜੀਤ ਸਿੰਘ ਭਾਉ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਪੁਆਇੰਟ ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ ਹੈ ਬਾਕੀ ਜਿਵੇਂ ਤੁਸੀਂ ਨੇ ਚੱਲਣਾ ਚਲੋ ਆਹ ਸਤਵਾਲਤੀ ਹਰ ਸਮਰੇ ਆਸ਼ਾ ਦੀ ਕਬੱਡੀ ਤੋਂ ਲਾਟੀ ਮਿਲੋ ਸੋਨੇ ਨਾਲ ਗਾਈ ਹੈ ਜਿਹੜੀ ਵੇਸ਼ੀ ਹਰਖੋ